ਇਹ ਮੇਨ ਆ ਜੀ। ਉਸਤਾਦ ਜੀ ਦੱਸੋ ਇਹਨਾਂ ਦੇ ਬਾਰੇ ਦੇ ਵਿੱਚ, ਹੁਣ ਤੁਹਾਡੇ ਵਾਲੀ ਕੈਮਰਾ ਇਹਨਾਂ ਦੇ ਬਾਰੇ ਦੇ ਵਿੱਚ ਇਹ ਆ ਵੀ ਮਰ ਜਾਣ ਆਪਣੀ ਆਈ ਦੇ ਨਾਲ, ਮਰ ਜਾਣ ਜਿੱਦਾਂ ਮਰਜੀ, ਸਾਡਾ ਕੋਈ ਨਾਂ ਆ ਅੱਲਾ ਮਾਫੀ ਦੇ। ਕਬੂਤਰ ਕੀ ਆ, ਇਹਦੇ ਦੇਖ ਮੱਝਾਂ ਕਾਵਾਂ ਇਹਨਾਂ ਦੇ ਮੁਕਾਬਲੇ 'ਚ ਕੁਛ ਨਹੀਂ। ਅੱਛਾ ਜੀ, ਬਾਕੀ ਇੱਦਾਂ ਹੀ ਆ। ਤਾਂ ਉਸਤਾਦ ਜੀ ਕੋਈ ਸ਼ੋਅ ਕਰਾਓ ਫੜ ਕੇ। ਬਾਈ ਜ਼ਰਾ ਵੀਡੀਓ ਨੂੰ ਲਾਸਟ ਤੱਕ ਦੇਖਿਓ, ਚਾਚਾ ਜੀ ਨਾਲ ਤੁਹਾਡੀ ਗੁਫ਼ਤਗੂ ਹੋਊਗੀ, ਗੱਲ ਸ਼ੱਕ ਬਾਤ ਕਰਾਵਾਂਗੇ, ਕਬੂਤਰ ਤੁਹਾਨੂੰ ਚੈੱਕ ਵੀ ਕਰਾਉਣਗੇ, ਇਹਨਾਂ ਦੋ ਕਬੂਤਰਾਂ ਸ਼ੋਅ ਕਰਾਵਾਂਗੇ ਇਨਸ਼ਾਅੱਲਾ ਤੁਹਾਨੂੰ। ਅਤੇ ਵੀਡੀਓ ਨੂੰ ਜ਼ਰਾ ਲਾਸਟ ਤੱਕ ਦੇਖਿਓ, ਆਹ ਬਾਈ ਦਿਖਾਉਂਦਾ, ਇਸ ਤੋਂ ਬਾਅਦ ਚਾਚੀ ਨਾਲ ਵੀ ਗੁਫ਼ਤਗੂ ਥੋੜ੍ਹੀ ਹੋਊਗੀ ਅਤੇ ਮਜ਼ਾ ਆਏਗਾ ਜੀ। ਇਹਨਾਂ ਦੇ ਬਾਰੇ 'ਚ ਇਹਨਾਂ ਦੇ ਪਰ ਪੂਰ ਵੀ ਦਿਖਾਓ ਜ਼ਰਾ। ਸਾਰਾ ਕੁਛ ਹੀ ਤੂੰ ਦੇਖ ਲਾ, ਪੂਰਾ ਛਾਣ ਮਾੜਾ ਵਾ, ਜ਼ਿਆਦਾ ਤੈਨੂੰ ਉੱਡਦੇ ਨਹੀਂ ਦੇਖਿਆ ਕਿ ਕਲਰ ਰੰਗ ਚੈੱਕ ਕਰਾ, ਬਗਲਾ ਨੀਲੀਆਂ ਬਗਲਾਂ ਸੀ ਵੇਲੇ, ਨੀਲੀਆਂ ਪਰੀਆਂ ਕੀਤੀਆਂ ਮੈਂ। ਅੱਛਾ ਅੱਛਾ, ਪੰਜੀਆਂ ਕਰਾਈਆਂ ਚੈੱਕ ਯਾਰ, ਪੂਰੇ ਦਿਨ ਦੇ ਸ਼ਾਨ ਮਾਲਕਾ ਵਾਲੇ ਕਬੂਤਰ ਆ, ਜੇ ਦਿਨ ਨਾ ਕੰਨ ਇੱਕ ਰੁਪਈਆ ਨੀ ਲੈਣਾ, ਇਹਦੇ ਮੇਰਾ ਇੰਟਰਵਿਊ ਕਰ ਰਿਹਾ, ਮੇਰੇ ਵੱਲ ਨੂੰ ਕਰੋ ਰੇ ਆ। ਪਰ ਦੇਖ ਆ ਅਖੀਰਲੇ ਤਿੰਨੇ ਹੀ ਇੱਕੋ ਜਾਏ, ਠੀਕ ਸਮਝਦਾ, ਜੇ ਦਿਨ ਇੱਦਾਂ ਦਾਣਿਆਂ 'ਤੇ ਨਾ ਮਾਰਨ ਤਾਂ ਇਹਨਾਂ ਨੂੰ ਛੁਰੀ ਫੇਰ ਕੇ ਸਿੱਟ ਦੇਣਾ, ਇੱਕ ਰੁਪਈਆ ਨਹੀਂ ਲੈਣਾ। ਆ ਆਖੇ ਦੀ ਦੇਖ, ਇੱਦਾਂ ਦਾ ਕਾਲ ਨੋਕਾ ਕਬੂਤਰ, ਗੱਲ ਸੁਣ ਲਾ ਵੀ ਆਹ ਪੰਜੇ ਦੇਖ ਲਾ, ਪਰ ਦੇਖ ਲਾ, ਪਰ ਇਹਦੇ ਦੇਖ ਪੁੱਛੋ ਕਿੱਥੇ ਜਾਂਦੇ ਆ, ਸਹੀ ਹੈ ਸਮਝਦਾ। ਤਾਂ ਗੱਲ ਇਹ ਆ ਵੀ ਛਤਰੀ ਦੇ ਲੱਗੇ ਹੋਏ ਇੱਦਾਂ ਦਾਣਿਆਂ ਦੇ ਉੱਤੇ ਦਿਨ ਕਰਦੇ, ਜਦੋਂ ਬਦਾਮ ਖਾਣੇ ਜੇਠ ਹਾੜ ਚ ਰਾਤ ਰਹਿ ਜਾਂਦੇ ਆ ਉੱਤੇ। ਵਾਹ ਜੀ ਵਾਹ, ਅੱਛਾ ਜੀ, ਕਬੂਤਰ ਰੱਖੇ ਹੋਏ ਆ, ਇਹ ਕੋਈ ਨਾ ਐਵੀਆਂ, ਇਹ ਚਿੜੀਆਂ ਚਿੜੀਆਂ ਕਾਂ ਨਹੀਂ ਰੱਖੇ ਹੋਏ। ਅੱਛਾ ਜੀ, ਹਾਂਜੀ, ਆਹ ਚੈੱਕ ਕਰੋ ਉਸਤਾਦ ਜੀ, ਇਹਦਾ ਦੱਸੋ ਇਹਦੇ ਬਾਰੇ। ਦੂਸਰਾ ਗੱਲਬਾਤ ਜੀ ਆ ਵੀ ਆ ਦੇਖ ਲਓ, ਚੈੱਕ ਕਰੋ, ਪਰ ਇਹਦਾ ਚੈੱਕ ਕਰੋ, ਕੋਈ ਬਿਰਲ ਨਹੀਂ, ਗੱਲ ਸੁਣ ਲਾ, ਪੂਰੇ ਦਿਨ ਦਾ ਮਾਲ ਹੈਗਾ। ਜਿਸ ਵੇਲੇ ਚੌਥੇ ਦਿਨ ਉੱਠੇ, ਪੰਜਵੇਂ ਦਿਨ ਉੱਠੇ, ਗੱਲ ਸੁਣ ਲਾ ਵੀ ਹਨੇਰੇ ਹੋਏ ਇਹਨਾਂ ਨੇ ਬੈਠਣਾ, ਆ ਕੇ ਛਤਰੀ ਦੇ ਲੱਗੇ ਹੋਏ ਆ ਪੂਰੇ ਬਾਜ਼ੀਆਂ ਦੇ ਵਿੱਚ ਆ, ਵਿਸਾਖ ਜੇਠ ਹਾੜ ਤਿੰਨ ਮਹੀਨੇ ਇਹ ਉੱਡਣ ਕੇ ਤਾਜ, ਨਵੇਂ ਸਰ ਹੋਏ ਹੋਏ ਆ। ਪਰ ਦੇਖ ਲਓ ਤੁਸੀਂ, ਆ ਚੈੱਕ ਕਰ ਸਕਦੇ ਹਾਂ, ਆ ਪੰਜੇ ਇਹਦੇ ਦੇਖ ਲਓ, ਨੀਲੇ ਪੰਜੇ ਆ ਜਾਮ ਹੋਏ, ਫਿਰ ਪਰ ਦੇਖ ਲਓ ਪੂੰਛ 'ਤੇ ਕਿੱਥੇ ਜਾਂਦੇ ਆ। ਅਤੇ ਇਹ ਤਾਂ ਵੈਸੇ ਵੀ ਇਹ ਗੱਲ ਵਾ, ਗੱਲ ਸੁਣਾ, ਗੱਲ ਵੀ ਤਾਂ ਉੱਦਾਂ ਹੀ ਜਿਹੜੀ ਚੀਜ਼ ਚੰਗੀ ਹੁੰਦੀ ਹੈ, ਦੇਖ ਅੱਖ ਦੇਖ ਕਿੰਨੀ ਪਿਆਰੀ ਆ। ਤੇ ਹੋਰ ਉਸਤਾਦ ਜੀ ਇਹਨਾਂ ਦੇ ਬਾਰੇ ਕੋਈ, ਜਿੱਥੇ ਬਾਹਰ ਹੀ ਛੱਡ ਸਕਦੇ ਆ ਇਹਨਾਂ ਨੂੰ, ਜਿੱਥੇ ਮਰਜ਼ੀ ਜਾ ਕੇ ਛੱਡ ਸਕਦੇ, ਇੱਕ ਕੌੜਾ ਆ ਇੱਕ ਮਿੱਠਾ ਆ, ਇੱਕ ਘਰ ਦੀ ਬਾਜੀ ਉਣਨੇ ਵਾਲਾ, ਬੰਨ ਕੇ ਕਬੂਤਰੀ ਨਾਲ ਲਾ ਕੇ ਆਓ ਉੱਥੇ ਹੀ। ਅੱਛਾ, ਆਪਣੀ ਛਤਰੀ ਦੇ ਤਾਂ ਇੱਕ ਬਾਹਰ ਨੂੰ ਜਿੱਦਾਂ ਮਰਜ਼ੀ ਸਿੱਧੀ ਮੁੱਠ ਪਿੰਡ ਜਾ ਕੇ ਜਿਹੜੇ ਮਰਜ਼ੀ ਦੇ ਕੇ ਛੱਡ। ਅੱਛਾ, ਉਹ ਕਿਹੜਾ ਆ ਵਾ ਕਿ ਆ ਜਿਹੜਾ ਜਿੱਥੇ ਮਰਜ਼ੀ ਮੁੱਠ ਦੇ ਦਿਓ, ਠੀਕ ਹੋ ਗਿਆ। ਹਾਂਜੀ ਜਨਾਬ, ਆ ਦੇਖ ਲਓ ਜਨਾਬ, ਆਹ ਜੋੜੀ ਹੈ, ਅਤੇ ਇਹਨਾਂ ਦਾ ਸ਼ੋਅ ਕਰ ਲਓ ਤੁਸੀਂ, ਔਰ ਮਜ਼ੀਦ ਇਸ ਨੰਬਰ 'ਤੇ ਵਟਸਐਪ ਵੀ ਮੇਰੇ 'ਤੇ ਬਣੀ ਹੈ ਨੰਬਰ, ਵੀਡੀਓ 'ਚ ਜਾ ਕੇ ਚੈੱਕ ਕਰ ਸਕਦੇ। ਅਤੇ ਟਰਾਈ ਟੂ ਇਟ ਐਂਡ ਟੇਕ ਕੇਅਰ।